जो अपने सामने एक व्यू आ रहा है जो ये ट्रैक्टर ट्रालियों का जाम है, यह 3 किलोमीटर तो लंबी लाइन लगी हुई है इस टाइम इतने। कोई कचरा नहीं, कुछ नहीं, जेडे कहते हैं कि आप बुलड़ भाजी करते उन्होंने सबक है, सफाई भी पूरी रखी हुई है। पहुंच चुके नेड़े, मेडिकल फैसिलिटी भी नाल लंघी सी, चलते हैं पूरा जोश देख रहे हैं इतने किसानों के। जथेबंदियों वालों जी मीटिंग की जा रही है सरकार के नाल, उसके करके इतने बैठ के सारे नौजवान बुजुर्ग सारे इंतजार कर रहे हैं कि जो भी मीटिंग का फैसला होगा उस फैसले का इंतजार इतने बैठ के किया जा रहा है। जिहड़े भी किसान वीर इत्थे जख्मी होए ने उन्होंने नेड़े दे हस्पतालां विच लैके जा के मैडिकल टीम वल्लों पूरी सहायता की जा रही है, उन्होंने जल्द तो जल्द ठीक कर दिया। ये बड़े बड़े पखे लाए गए हैं ना कि आसू गए सी हवा ना पवे, तां वापसी उन्होंने डायरेक्शन करनी हवा तक दी जावे, तां जिहड़े किसान वीर आ उन्होंने सांह लैण दे विच उन्होंने होर परेशानी ना आवे। 300 ਦੇ ਕਰੀਬ ਅੱਜ ਮੁੰਡਾ ਇੱਥੇ ਜਿਹੜਾ ਹੋ ਗਿਆ ਜ਼ਖਮੀ ਹੋ ਚੁੱਕਿਆ, ਹੁਣ ਤੱਕ 300 ਦੇ ਕਰੀਬ ਮੁੰਡਾ ਜ਼ਖਮੀ ਹੋ ਗਿਆ ਤੇ ਅੱਜ ਇੱਕ ਮੁੰਡੇ ਦੀ ਦੁਪਹਿਰੇ 12 ਵਜੇ ਲੱਤ ਤੇ ਆਸੂ ਗੈਸ ਦਾ ਗੋਲਾ ਵੱਜਿਆ ਤੇ ਉਹ ਵਿਚਾਰੇ ਦੀ ਅੱਧੀ ਲੱਤ ਟੁੱਟ ਗਈ। ਕਾਫੀ ਜ਼ਿਆਦਾ ਜ਼ਖਮੀ ਜਿਹੜੇ ਹੋ ਰਹੇ ਨੇ ਮੁੰਡੇ, ਮੇਜਰ ਉਹਨਾਂ ਨੂੰ ਇੰਜਰੀ ਆ ਰਹੀ ਹੈ। ਆ ਜੀਸੀਬੀ ਦੇ ਨਾਲ ਟੋਏ ਪਾਏ ਗਏ ਨੇ ਤਾਂ ਕਿ ਟਰੈਕਟਰ ਅੱਗੇ ਕ੍ਰੋਸ ਨਾ ਕਰਨਾ, ਸਾਰੇ ਜੀਸੀਬੀ ਨਾਲ ਟੋਏ ਪਾਏ ਨੇ, ਆ ਸਾਰੀ ਐ ਲਾਈਨ ਪੱਟੀ ਇਹਨਾਂ ਨੇ ਕਿਉਂਕਿ ਇਧਰੋਂ ਈਜ਼ੀ ਵੇ ਸੀਗਾ ਇੱਕ ਟਰੈਕਟਰਾਂ ਲੰਘਣ ਦਾ, ਜਿਹੜੇ ਇਹਨਾਂ ਨੇ ਤਾਂ ਕਿ ਡੂੰਘਾ ਕਰਕੇ ਪੱਟਿਆ ਕਿ ਟਰੈਕਟਰ ਨਾ ਲੰਘ ਸਕਣ। ਆ ਤੁਹਾਨੂੰ ਥੱਲੋਂ ਜੇ ਇੱਕ ਵਿਊ ਦਿਖਾ ਦਿੰਦੇ ਆਪਾਂ, ਆਹ ਦੇਖੋ ਆਪਾਂ ਇੱਕ ਦੋਨੋਂ ਸਾਈਡ ਦੇ ਸੈਂਟਰ 'ਚ ਆ ਗਏ ਹਾਂ, ਇਸ ਸਾਈਡ ਆ ਸਾਰੀ, ਇੱਧਰ ਵੀ ਫੋਰਸ ਖੜ੍ਹੀ ਹੈ, ਜ਼ੂਮ ਕਰਕੇ ਦਿਖਾ ਦਿੰਦੇ ਹਾਂ। ਆਹ ਦੇਖੋ ਪੂਰੇ ਤਿਆਰ ਬੈਠੇ ਨੇ ਇਹ, ਅਤੇ ਇਹਨਾਂ ਨੇ ਇੱਧਰੋਂ ਥੱਲੇ ਵਾਲਾ ਸਾਰਾ ਰਾਹ ਪੱਟ ਕੇ ਪ੍ਰੋਪਰ ਚੰਗੀ ਤਰ੍ਹਾਂ ਖਰਾਬ ਕੀਤਾ ਤਾਂ ਕਿ ਕੁਛ ਵੀ ਲੰਘ ਨਾ ਸਕੇ ਥੱਲੋਂ। ਜਿਵੇਂ ਪੂਰਾ ਹੀ ਡੂੰਘਾ ਰੱਖ ਕੇ ਪੱਟਿਆ ਕਿ ਕੋਈ ਟਰੈਕਟਰ ਵੀ ਆਵੇ ਤਾਂ ਇਹਦੇ ਵਿੱਚ ਹੀ ਡਿੱਗ ਜੇ, ਇਹਨੂੰ ਕ੍ਰੋਸ ਨਾ ਕਰ ਸਕੇ। ਘੋੜੇ ਇੱਥੇ ਖੜ੍ਹੇ ਨੇ, ਘੋੜੇ ਵੀ ਨਾਲ ਰੱਖੇ ਹੋਏ ਇਹਨਾਂ ਨੇ, ਤਿਆਰੀ ਪੂਰੀ ਕਰੀ ਇਹਨਾਂ ਨੇ ਆਪਦੀ। ਬੰਦਿਆਂ ਦੇ ਹੈਡ ਤੋਂ ਲੰਬੇ ਬੈਰੀਗੇਡ ਆ ਜਿਹੜੇ ਖਿੱਚ ਚੁੱਕੇ ਨੇ, ਆਹ ਦੋ ਕਸੂਰ ਕਰੇ ਸੀਗੇ, ਫਰੰਟ ਇੱਕ ਪਹਿਲੀ ਲੇਅਰ ਦੋ ਲੇਅਰ ਹਟਾਈਆਂ ਨੇ। ਪਹਿਲਾਂ ਬਲੇਡ ਵਾਇਰ ਜਿਹੜੀ ਕਿ ਬਾਰਡਰ ਏਰੀਆ 'ਚ ਯੂਜ਼ ਹੁੰਦੀ ਆ, ਬਾਰਡਰਾਂ ਦੇ ਯੂਜ਼ ਬਲੇਡ ਵਾਇਰ ਲਈ ਹੀ ਆ, ਫਿਰ ਨੋਰਮਲ ਲੋਹੇ ਵਾਲੇ ਚੈੱਕ ਪੋਸਟ ਵਾਲੇ ਆ, ਫਿਰ ਉਸ ਤੋਂ ਬਾਅਦ ਵੱਡੀਆਂ ਵੱਡੀਆਂ ਸਲੈਬਸ ਆ ਜੋ ਕਿ ਕੰਕਰੀਟ ਦੇ ਨਾਲ ਇਹਨਾਂ ਨੇ ਫਿਲ ਕਰਕੇ ਰੱਖੀਆਂ ਨੇ ਤਾਂ ਕਿ ਉਹ ਹਿੱਲ ਨਾ ਸਕਣ, ਉਸ ਦੇ ਉੱਤੇ ਆਪ ਖੜ੍ਹੇ ਨੇ। ਸਾਡੇ ਆਸੂ ਗੈਸ ਦੇ ਜਿਹੜੇ ਗੋਲੇ ਇਹਨਾਂ ਵੱਲੋਂ ਮਾਰੇ ਗਏ ਨੇ, ਆ ਬਾਬਾ ਜੀ ਨੂੰ ਮਿਲਿਆ, ਅਤੇ ਹਜੇ ਵੀ ਇੱਥੇ ਖੜ੍ਹ ਕੇ ਗੱਲ ਕਰਨ ਦੇ ਵਿੱਚ ਦਿੱਕਤ ਆ ਰਹੀ ਆ, ਬੋਲਣ 'ਚ ਦਿੱਕਤ ਆ ਰਹੀ ਆ, ਸਾਰਿਆਂ ਨੇ ਮੂੰਹ ਢੱਕ ਕੇ ਰੱਖ, ਅੱਖਾਂ ਸੜ ਰਹੀਆਂ ਨੇ ਅਤੇ ਜਲਨ ਹੋ ਰਹੀ ਆ ਬਹੁਤ ਜ਼ਿਆਦਾ ਅੱਖਾਂ ਦੇ ਵਿੱਚ, ਬੋਲਣ 'ਚ ਦਿੱਕਤ ਆ ਰਹੀ ਆ ਇੱਥੇ। ਇਹਦੇ ਗੈਸ ਨਾਲ ਖੜ੍ਹਨਾ ਔਖਾ, ਤਾਂ ਵੀ ਸਾਰੇ ਖੜ੍ਹੇ ਨੇ, ਡਟ ਕੇ ਖੜ੍ਹੇ ਹੋਏ ਨੇ ਇੱਥੇ, ਪਰੇਸ਼ਾਨੀ ਸਾਰਿਆਂ ਨੂੰ ਹੋ ਰਹੀ ਆ ਪਰ ਤਾਂ ਵੀ ਖੜ੍ਹੇ ਨੇ। ਸ਼ਾਮ ਹੋ ਗਈ ਹੈ ਜੀ, ਇੱਥੇ ਚਾਹ ਦਾ ਲੰਗਰ ਚੱਲ ਰਿਹਾ, ਪਾਠ ਦੀ ਸਮਾਪਤੀ ਹੋ ਗਈ ਹੈ ਅਤੇ ਹੁਣ ਸਾਰੇ ਜਣੇ ਆਪਦੇ ਟਰਾਲੀਆਂ ਨੂੰ ਵਾਪਸ ਚਾਲੇ ਪਾ ਤਿਆ ਸਾਰਿਆਂ ਨੇ, ਅਤੇ ਜਿਹੜੀ ਵੀ ਲੰਗਰ ਦੀ ਸੇਵਾ ਹੈਗੀ ਉਹ ਨਾਲ ਦੇ ਪਿੰਡਾਂ ਵਾਲੀ ਸੰਗਤਾਂ ਨੇ ਬਹੁਤ ਸੋਹਣੀ ਨਿਭਾਈ ਹੋਈ ਹੈ, ਨਾਲ ਦੇ ਪਿੰਡਾਂ ਵਾਲੀ ਸੰਗਤ ਸਾਰੀ ਲੰਗਰ ਪ੍ਰਸ਼ਾਦਾ ਤਿਆਰ ਕਰਾ ਕੇ ਲੈ ਕੇ ਆਉਂਦੇ ਆ ਜੋ ਕਿ ਇੱਧਰ ਵਰਤਾਈ ਜਾਂਦੀ ਆ ਸੰਗਤਾਂ ਦੇ ਵਿੱਚ।